ਦਿਲ ਨੂੰ ਝੰਜੋੜ ਦੇਣ ਵਾਲੀ ਬਹੁਤ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਕਿ ਫਾਜ਼ਿਲਕਾ ਫਿਰੋਜ਼ਪੁਰ ਰੋਡ 'ਤੇ 2 ਦਿਨਾਂ ਦੇ ਵਿੱਚ 2 ਵੱਡੇ ਹਾਦਸੇ ਹੋਏ ਹਨ ਅਤੇ ਦੋਨੋਂ ਹਾਦਸਿਆਂ ਦੇ ਵਿੱਚ ਮੌਤਾਂ ਹੋਈਆਂ ਨੇ। ਪਹਿਲੇ ਹਾਦਸੇ ਦੇ ਵਿੱਚ ਇੱਕ ਟਰੱਕ ਦਰਖਤ ਦੇ ਵਿੱਚ ਵੱਜਿਆ ਅਤੇ ਟਰੱਕ ਦਾ ਹਾਲ ਤੁਸੀਂ ਦੇਖ ਸਕਦੇ ਹੋ, ਡਰਾਈਵਰ ਦੀ ਮੌਤ ਹੋ ਚੁੱਕੀ ਹੈ। ਅਤੇ ਜਿਹੜਾ ਅੱਜ ਹਾਦਸਾ ਹੋਇਆ ਇਹਦੇ ਵਿੱਚ ਕੈਂਟਰ ਅਤੇ ਵੈਗਨਰ ਦੀ ਟੱਕਰ ਹੋਈ ਹੈ। ਵੈਗਨਰ ਦੇ ਵਿੱਚ ਬੈਠੇ 4 ਨੌਜਵਾਨਾਂ 'ਚੋਂ 2 ਦੀ ਮੌਤ ਹੋ ਚੁੱਕੀ ਹੈ ਅਤੇ 2 ਬਹੁਤ ਗੰਭੀਰ ਜ਼ਖਮੀ ਹਨ।